ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦੇ ਲਈ ਹਾਈ ਕੁਆਲਿਟੀ ਦੂਰਬੀਨਾਂ ਲਗਾਈਆਂ ਗਈਆਂ ਨੇ। ਦੱਸਦੀ ਕਿ 12 ਲੱਖ ਦੀ ਲਾਗਤ ਨਾਲ ਡੇਰਾ ਬਾਬਾ ਨਾਨਕ ਚ ਤਿਆਰ ਕੀਤੇ ਗਏ ਦਰਸ਼ਨ ਸਥਲ ਤੇ ਹੁਣ 2 ਹਾਈ ਕੁਆਲਿਟੀ ਦੂਰਬੀਨਾਂ ਲਗਾਈਆਂ ਗਈਆਂ ਨੇ, ਜਿਸ ਨਾਲ ਸੰਗਤ ਗੁਰੂ ਘਰ ਦੇ ਖੁੱਲੇ ਦਰਸ਼ਨ ਦੀਦਾਰੀ ਕਰ ਸਕਣਗੀਆਂ। 3 ਸਾਲਾਂ ਬਾਅਦ ਇੱਥੇ ਸੰਗਤਾਂ ਦੀ ਅਰਦਾਸ ਸੁਣੀ ਗਈ ਹੈ ਤੇ ਦੂਰਬੀਨਾਂ ਇੱਥੇ ਲਗਾਈਆਂ ਗਈਆਂ ਨੇ। ਜਿੱਥੇ ਪਹਿਲਾਂ ਸੰਗਤਾਂ ਖੜੇ ਹੋ ਕੇ ਦੂਰੋਂ ਹੀ ਗੁਰੂ ਘਰ ਦੇ ਦਰਸ਼ਨ ਕਰਦੀਆਂ ਸਨ, ਤਾਂ ਹੁਣ ਆਪਣੇ ਆਪ ਨੂੰ ਗੁਰੂ ਘਰ ਦੇ ਬੜੇ ਹੀ ਨੇੜੇ ਮਹਿਸੂਸ ਕਰਨਗੀਆਂ ਅਤੇ ਵਧੀਆ ਤਰੀਕੇ ਦੇ ਨਾਲ ਦਰਸ਼ਨ ਕਰ ਸਕਣਗੀਆਂ। ਦੱਸਦੇ ਕਿ ਪਿਛਲੇ 3 ਸਾਲਾਂ ਤੋਂ ਸੰਗਤਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਇੱਥੇ ਦੂਰਬੀਨਾਂ ਲਗਵਾਈਆਂ ਜਾਣ ਤਾਂ ਜੋ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰ ਸਕਣ। ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੇ ਯਤਨਾਂ ਸਦਕਾ ਇੱਥੇ ਹਾਈ ਕੁਆਲਿਟੀ 2 ਦੂਰਬੀਨਾਂ ਲਗਾਈਆਂ ਗਈਆਂ ਨੇ। ਇੱਕ ਵੱਡੀ ਸਕਰੀਨ ਲਗਾਈ ਗਈ ਹੈ ਤੇ 12 ਲੱਖ ਦੀ ਲਾਗਤ ਨਾਲ ਇੱਕ ਖੂਬਸੂਰਤ ਦਰਸ਼ਨ ਸਥਲ ਤਿਆਰ ਕੀਤਾ ਗਿਆ, ਜਿੱਥੇ ਸੰਗਤਾਂ ਖੜੇ ਹੋ ਕੇ ਦੂਰਬੀਨ ਦੇ ਨਾਲ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀਆਂ ਨੇ। ਦੱਸਦੀ ਕਿ 2019 ਦੇ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲਿਆ ਗਿਆ ਸੀ ਅਤੇ ਇਸੇ ਦੌਰਾਨ ਹੀ ਡੇਰਾ ਬਾਬਾ ਨਾਨਕ ਤੇ ਵੀ ਇੱਕ ਦਰਸ਼ਨ ਸਥਲ ਬਣਾਇਆ ਗਿਆ, ਜਿੱਥੋਂ ਸੰਗਤਾਂ ਦੂਰ ਤੋਂ ਹੀ ਗੁਰੂ ਘਰ ਦੇ ਦਰਸ਼ਨ ਕਰ ਸਕਦੀਆਂ ਸਨ। ਹੁਣ ਇੱਥੇ ਹਾਈ ਕੁਆਲਿਟੀ ਦੂਰਬੀਨਾਂ ਦੇ ਨਾਲ ਸੰਗਤਾਂ ਗੁਰੂ ਘਰ ਦੇ ਵਧੀਆ ਦਰਸ਼ਨ ਕਰਨਗੀਆਂ, ਜਿਸ ਲਈ ਸੰਗਤਾਂ ਨੇ ਧੰਨਵਾਦ ਵੀ ਕੀਤਾ ਅਤੇ ਖੁਸ਼ੀ ਤੇ ਉਤਸ਼ਾਹ ਵੀ ਜ਼ਾਹਰ ਕੀਤਾ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ LPI ਅਤੇ BSF ਦੇ ਸਹਿਯੋਗ ਨਾਲ ਇਹਦਾ ਸੁੰਦਰੀਕਰਨ ਕੀਤਾ ਗਿਆ ਸੀਗਾ। ਤੁਸੀਂ ਦੇਖ ਸਕਦੇ ਹੋ ਕਾਫ਼ੀ ਇੱਥੇ ਪਹਿਲਾਂ ਪਾਣੀ ਵਗੈਰਾ ਵੀ ਇਕੱਠਾ ਹੁੰਦਾ ਸੀਗਾ, ਅਸੀਂ ਬ੍ਰਿਜ 'ਤੇ ਵੀ ਇਹ ਸਾਰੀ ਪੇਂਟਿੰਗਸ ਵੀ ਕਰਵਾਈ, ਇੰਟਰਲੋਕਿੰਗ ਵੀ ਕਰਵਾਈ ਹੈ ਅਤੇ ਸਾਰਾ ਜਿਹੜਾ ਦਰਸ਼ਨ ਸਥਲ ਪਿੱਛੇ ਹੈਗਾ ਇਸ ਨੂੰ ਰੈਨੋਵੇਟ ਕਰਵਾ ਕੇ ਇੱਥੇ ਦੂਰਬੀਨਾਂ ਲਵਾਈਆਂ, ਜਿਹੜੇ ਸ਼ਰਧਾਲੂ ਆਉਂਦੇ ਆ ਉਹਨਾਂ ਦੇ ਸਪੋਰਟ ਲਈ, ਉਹਨਾਂ ਦੀ ਕਨਵੀਨੀਅੰਸ ਲਈ। ਅਤੇ ਅੱਜ ਅਸੀਂ ਉਹ ਚੈੱਕ ਕਰਨ ਆਏ ਸੀਗੇ ਅਤੇ ਬੜੀ ਖੁਸ਼ੀ ਹੋਈ ਕਿ ਸ਼ਰਧਾਲੂ ਵੀ, ਅੱਜ ਥੋੜ੍ਹਾ ਮੌਸਮ ਖਰਾਬ ਹੈ ਤੁਸੀਂ ਦੇਖ ਸਕਦੇ ਹੋ, ਥੋੜ੍ਹੀ ਫੋਗ ਆ ਗਈ ਹੈ, ਬਟ ਸ਼ਰਧਾਲੂ ਕਾਫ਼ੀ ਮਾਤਰਾ 'ਚ ਇੱਥੇ ਆ ਰਹੇ ਨੇ। ਮੈਂ BSF, LPI ਅਤੇ ਸਾਡੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ SKM ਸਾਹਿਬ, BDO ਸਾਹਿਬ ਸਾਰਿਆਂ ਦਾ ਇਹਦੇ ਵਿੱਚ ਵਰਜਨ ਲਿਆ, ਸ਼ਰਧਾਲੂਆਂ ਨਾਲ ਵੀ ਗੱਲਬਾਤ ਕੀਤੀ ਹੈਗੀ ਅਤੇ ਇਸ ਨੂੰ ਅੱਗੇ ਵੀ ਸਰਕਾਰ ਦੀ ਇਹੀ ਕੋਸ਼ਿਸ਼ ਰਹਿਣੀ ਹੈ ਕਿ ਅੱਗੇ ਵੀ ਸ਼ਰਧਾਲੂਆਂ ਦੀ ਕਨਵੀਨੀਅੰਸ ਲਈ, ਉਹਨਾਂ ਦੀ ਬਿਹਤਰੀ ਲਈ ਜੋ ਅਸੀਂ ਕਰ ਸਕਦੇ ਹਾਂ। ਸਰ ਇਹ ਹਟਾਈਆਂ ਕਿਉਂ ਗਈਆਂ? ਹਟਾਈਆਂ ਕਦੇ ਵੀ ਨਹੀਂ ਗਈਆਂ, ਪਹਿਲਾਂ ਵੀ ਸੀਗੀ। ਪਹਿਲਾਂ ਆਪਣੀ ਜਿਹੜੀ ਬਾਇਨੋਕੂਲਰਸ ਹੁੰਦੇ ਹੈਗੇ, ਮੋਬਾਈਲ ਬਾਇਨੋਕੂਲਰਸ ਹੁੰਦੇ ਆ, ਉਹ ਆ ਤੁਸੀਂ ਦੇਖਿਆ ਉਹਨਾਂ ਕਾਫੀ ਟਾਈਮ ਤੋਂ ਇੱਥੇ। ਹੁਣ ਇੱਥੇ ਅਸੀਂ ਫਿਕਸਡ ਜਿਹੜੇ ਆ ਮੋਨੋਕੂਲਰ ਲਵਾਏ ਹੈਗੇ, ਕਾਫੀ ਵਧੀਆ ਇਹਨਾਂ ਦੀ ਜ਼ੂਮਿੰਗ ਪਾਵਰ ਕਾਫੀ ਚੰਗੀ ਹੈਗੀ, ਐਂਡ ਜਿਹੜੇ ਬਾਇਨੋਕੂਲਰਸ ਵੀ ਆ ਉਹ ਵੀ ਅਸੀਂ ਵਧੀਆ ਕੁਆਲਿਟੀ ਦੇ ਅਸੀਂ ਲੈ ਕੇ ਆਵਾਂਗੇ। ਇਹਨੂੰ ਹੋਰ ਜਿਹੜਾ ਉਹਨਾਂ ਨੂੰ ਜਿਹੜੇ ਸਾਡੇ ਸ਼ਰਧਾਲੂ ਆਉਂਦੇ ਆ ਉਹਨਾਂ ਦਾ ਜਿਹੜਾ ਦਰਸ਼ਨ ਹੈ, ਹੋਰ ਉਹਨੂੰ ਸਹੂਲੀਅਤ ਪ੍ਰੋਵਾਈਡ ਕਰਨ ਲਈ ਹੋਰ ਫੈਸਿਲਿਟੀ ਪ੍ਰੋਵਾਈਡ ਕਰਾਂਗੇ। ਸਰ ਇੱਕ ਪੂਰੇ ਹਿੰਦੁਸਤਾਨ 'ਚ ਕਿ ਪੂਰੀ ਦੁਨੀਆ ਦੇ ਵਿੱਚ ਤੁਸੀਂ ਚਲੇ ਜਾਓ, ਕੋਈ ਕਰੋਨਾ ਟੈਸਟ ਹੁੰਦਾ ਤਾਂ ਕਿਹੜੇ ਕਰਤਾਰਪੁਰ ਸਾਹਿਬ ਯਾਤਰੀ ਜਾਂਦੇ ਆ, ਉਹ ਕਿਤੇ ਨਾ ਕਿਤੇ ਉਹਨਾਂ ਵਾਸਤੇ ਰੱਖਿਆ ਗਿਆ, ਪਰ ਜਿਹਦੇ ਚੱਲਦਿਆਂ ਉਹਨਾਂ ਨੂੰ ਕਾਫੀ ਪਰੇਸ਼ਾਨੀ ਆਉਂਦੀ ਆ ਔਰ ਕੁਝ ਯਾਤਰੂ ਬਿਨਾਂ ਦਰਸ਼ਨ ਕੀਤੇ ਵਾਪਸ ਚਲਦੇ ਆ। ਬਿਲਕੁਲ ਜੀ, ਬਟ ਇਹ ਚੀਜ਼ ਦੇਖਣੀ ਪੈਣੀ ਹੈ ਕਿ ਇਹ ਭਾਰਤ ਸਰਕਾਰ ਦਾ ਕੋਈ ਕ੍ਰਾਈਟੀਰੀਆ ਨਹੀਂ ਇਹਦੇ ਵਿੱਚ, ਇਹ ਆਪਾਂ ਕਿਉਂਕਿ ਪਾਕਿਸਤਾਨ 'ਚ ਐਂਟਰ ਕਰ ਰਹੇ ਹਾਂ, ਪਾਕਿਸਤਾਨ ਗਵਰਨਮੈਂਟ ਵੱਲੋਂ ਇੱਕ ਸ਼ਰਤ ਹੈ, ਹੋਰ ਵੀ ਕਾਫੀ 3-4 ਤਰ੍ਹਾਂ ਦੀ ਸ਼ਰਤਾਂ ਹੈ ਜਿਹਦੇ ਨਾਲ ਸ਼ਰਧਾਲੂਆਂ ਨੂੰ ਕਈ ਵਾਰੀ ਸਾਨੂੰ ਵੀ ਪਤਾ ਲੱਗ ਜਾਏ ਕਿ ਉਹਨਾਂ ਨੂੰ ਦਿੱਕਤ ਆਉਂਦੀ ਹੈ, ਅਤੇ ਸਰਕਾਰ ਦੀ ਕੋਸ਼ਿਸ਼ ਚੱਲ ਰਹੀ ਹੈ, ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਕਿ ਇਹ ਜਿਹੜੀ ਸ਼ਰਤਾਂ ਹੈ ਇਹਨਾਂ ਨੂੰ ਜਾਂ ਤਾਂ ਲੀਨੀਅੰਟ ਕੀਤਾ ਜਾਵੇ ਜਾਂ ਹਟਾਇਆ ਜਾਵੇ, ਤਾਂ ਕਿ ਸ਼ਰਧਾਲੂਆਂ ਨੂੰ ਸੋਖ ਹੋ ਸਕੇ। ਉਹਨਾਂ ਸ਼ਰਧਾਲੂਆਂ ਦੀ ਸੋਖ ਨੂੰ ਵਧਾਉਣ ਲਈ ਇਹ ਜਿਹੜਾ ਸੁੰਦਰੀਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਕਿ ਅਗਾਂਹ ਵੀ ਅਸੀਂ ਅਜੇ ਹੀ ਦੇਖਣਾ ਹੈ ਅਗਾਂਹ ਹੋਰ ਕੀ ਕੀਤਾ ਜਾ ਸਕਦਾ। ਅਸੀਂ 2-3 ਹੋਰ ਸੁਝਾਅ ਅੱਜ ਇੱਥੋਂ ਲੈ ਕੇ ਜਾ ਰਹੇ ਹਾਂ ਅਤੇ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ 'ਚ ਉਹ ਵੀ ਅਸੀਂ ਇਹਨੂੰ ਇੰਪਲੀਮੈਂਟ ਕਰਾਂਗੇ। ਸਰ ਸਿਟੀ ਬਿਊਟੀਫੁੱਲ ਦਾ ਨਾਮ ਚੰਡੀਗੜ੍ਹ ਨੂੰ ਦਿੱਤਾ ਗਿਆ ਅਤੇ ਸਿਟੀ ਆਫ ਫ੍ਰੈਗਨੈਂਸ ਡੇਰਾ ਬਾਬਾ ਨਾਨਕ ਨੂੰ ਦਿੱਤਾ ਗਿਆ ਜਦੋਂ ਕਰਤਾਰਪੁਰ ਸਾਹਿਬ ਕੋਈ ਇਨੋਗਰੇਸ਼ਨ ਹੋਈ ਸੀ।
ਔਰ ਕਿਤੇ ਨਾ ਕਿਤੇ ਉਹਦੇ ਵਿੱਚ 5,000 ਤੋਂ ਵੱਧ ਫੁੱਲਾਂ ਦੇ ਪੌਦੇ ਵੀ ਲਗਾਏ, ਪਰ ਉਸ ਤੋਂ ਬਾਅਦ ਇੱਕ ਪੌਦਾ ਨਹੀਂ ਲੱਭਾ ਕਿ ਉਹ ਕਿੱਥੇ ਗਿਆ। ਔਰ ਤੁਸੀਂ ਕੀ ਲੱਗਦਾ ਕਿ ਉਸ ਪਰੰਪਰਾ ਨੂੰ ਕਾਇਮ ਰੱਖਣਾ ਚਾਹੀਦਾ? ਉਸਨੂੰ ਕਾਇਮ ਵੀ ਰੱਖਣਾ ਚਾਹੀਦਾ ਹੈਗਾ। ਐਂਡ ਸਿਟੀ ਆਫ ਫ੍ਰੈਗਰੈਂਸ ਜਿਹੜੀ ਆਪਾਂ ਕਹਿ ਰਹੇ ਹਾਂ, ਦੇਖੋ ਸਾਡੇ ਗੁਰੂ ਸਾਹਿਬਾਨਾਂ ਦੀ ਧਰਤੀ ਹੈਗੀ ਇੱਥੇ, ਮਤਲਬ ਖੁਸ਼ਬੂ ਉਹਨਾਂ ਦੇ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਦੀ, ਉਹ ਤਾਂ ਸਾਡੀ ਲਗਾਤਾਰ ਇੱਥੇ ਰਹਿਣੀ ਹੀ ਚਾਹੀਦੀ ਹੈ। ਅਸੀਂ ਸਾਡੀ ਸਾਰੀ ਟੀਮ ਇੱਥੇ ਅੱਜ ਖੜੀ ਹੈ, ਅਸੀਂ ਇਹ ਵਾਅਦਾ ਵੀ ਕਰਦੇ ਹਾਂ ਅਤੇ ਕੋਸ਼ਿਸ਼ ਵੀ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਇਹਨੂੰ ਨਾਂ ਦਿੱਤਾ ਗਿਆ ਸੀ ਸਿਟੀ ਆਫ ਫ੍ਰੈਗਰੈਂਸ, ਉਹਨੂੰ ਬਿਲਕੁਲ ਮੇਨਟੇਨ ਕਰਾਂਗੇ। ਅਤੇ